भगत बिना सहसा न चूके। भगत बिना सहसा न चूके। भगत बिना सहसा न चूके। गुरु सहसा ने चूके।
राम शरण नहीं आवे। राम शरण प्राणी
ਭਗਤ ਬਿਨਾ ਸਹਸਾ ਨੈ ਚੂਕੈ ਗੁਰੇ ਭੇਦ ਬਤਾਵੈ ਸਰਨ ਨਹੀਂ ਆਵੇ ਗੁਰ ਇਹ ਵੇਦ ਬਤਾਵੇ ਯੋਗ ਜਗ ਨੇ ਫੁੱਲ ਤੈ ਮਾਨੋ ਗੁਰ ਇਹ ਵੇਦ ਬਤਾਵੇ ਯੋਗ ਜਗ ਨੇ ਫੁੱਲ ਤੈ ਮਾਨੋ ਜੋ
ਪ੍ਰਭ ਜਸ ਬਿਸਰਾਵੇ। ਗੁਰੇ ਭੇਦ ਬਤਾਵੇ, ਹਰ ਕੇ ਨਾਮ ਬਿਨਾ ਦੁਖ ਪਾਵੇ, ਭਗਤ ਬਿਨਾ ਸਹਸਾ ਨਹੀਂ ਚੁੱਕੇ। ਕਰਮੀ ਸਹਿਜ ਨਾ ਉਪਜੈ, ਕਰਮੀ ਸਹਿਜ ਨਾ ਉਪਜੈ, ਬਿਨ ਸਹਿਜ ਸਹਸਾ ਨਹੀਂ ਜਾਏ। ਸਹਸਾ ਕਿਤੇ ਸੰਜਮ, ਕਹਾਂ ਭਇਓ ਤੀਰਥ ਵ੍ਰਤ ਕੀਏ। ਨਹਿ ਜਾਏ ਸਹਸਾ ਕਿਤੇ ਸੰਜਮ, ਰਹੇ ਕਰਮ ਕਮਾਏ, ਸਹਸੇ ਜਿਉ ਮਲੀਨ ਹੈ। ਸਹਸੇ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਗੁਰੇ ਭੇਦ ਬਤਾਵੇ, ਸਹਸਾ ਏ ਸੰਸਾਰ, ਗੁਰ ਪ੍ਰਸਾਦੀ ਸਹਿਜ ਉਪਜੈ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਸਾ ਇਵ ਜਾਏ, ਗੁਰ ਇਹ ਭੇਦ ਬਤਾਵੇ। ਸਭ ਤੋਂ ਵੱਡੇ ਦੁੱਖ ਦਾ ਇਲਾਜ ਜਿਹੜਾ ਦੁੱਖ ਜਨਮ ਦੇ ਨਾਲ ਹੀ ਪੈਦਾ ਹੋ ਗਿਆ, ਕਿਉਂਕਿ ਇਹ ਹਰ ਦੁੱਖ ਦਾ ਕਾਰਨ ਬਣਿਆ। ਸਹਸਾ ਹੈ ਦੂਜੇ ਲਫ਼ਜ਼ਾਂ ਵਿੱਚ ਫਿਕਰ, ਚਿੰਤਾ। ਕੋਈ ਮਨੁੱਖ ਇਹ ਗੱਲ ਕਹਿ ਸਕਦਾ ਕਿ ਮੈਨੂੰ ਕੋਈ ਫਿਕਰ ਨਹੀਂ, ਅਮੀਰ ਨੂੰ ਵੀ ਹੈ, ਗਰੀਬ ਨੂੰ ਵੀ ਹੈ, ਅਨਪੜ੍ਹ ਨੂੰ ਵੀ ਹੈ, ਪੜ੍ਹੇ ਲਿਖੇ ਨੂੰ ਵੀ ਹੈ, ਜਿਸ ਦਾ
ਬੱਚਾ ਸਕੂਲ ਨਹੀਂ ਜਾਂਦਾ ਉਹ ਵੀ ਫਿਕਰ ਕਰਦਾ ਹੈ, ਅਤੇ ਜਿਹਦਾ ਬੱਚਾ ਸਕੂਲ ਜਾਂਦਾ ਹੈ ਉਹਨੂੰ ਇਹ ਫਿਕਰ ਹੈ ਪਾਸ ਹੋ ਜਾਏ। ਕਿਸੇ ਨੂੰ ਰੋਗ ਦਾ ਫਿਕਰ ਹੈ, ਕਾਰ ਖਰੀਦ ਲਈ ਹੈ ਪਰ ਐਕਸੀਡੈਂਟ ਦਾ ਫਿਕਰ ਨਾਲ ਹੀ ਖੜਾ ਹੋ ਗਿਆ ਹੈ। ਹਰ ਸੁੱਖ ਦੇ ਮਗਰ ਇੱਕ ਦੁੱਖ ਹੈ। ਗੁਰੂ ਨੇ ਐਵੇਂ ਨਹੀਂ ਆਖਿਆ ਸੁੱਖ ਮੰਗਤ ਦੁੱਖ ਅੱਗੇ ਆਵੇ। ਗੁਰਬਾਣੀ ਦੇ ਫੈਸਲੇ ਮਨੁੱਖੀ ਜੀਵਨ ਦੇ ਉਹ ਫੈਸਲੇ ਨੇ ਜਿਹੜੇ ਹਰ ਥਾਵੇਂ ਲਾਗੂ ਹੁੰਦੇ ਨੇ, ਬੇਅਰਥ ਨਹੀਂ ਜਾਂਦੇ, ਕਿਆਸਰਾਈਆਂ ਨਹੀਂ, ਨਿਰੇ ਅੰਦਾਜ਼ੇ ਨਹੀਂ। ਗੁਰੂ ਕਹਿੰਦੇ ਨੇ ਦੁੱਖ ਮੰਗਤ ਸੁੱਖ ਮੰਗਤ ਦੁੱਖ ਅੱਗੇ ਆਵੇ। ਹਰ ਸੁੱਖ ਦੇ ਨਾਲ ਇੱਕ ਦੁੱਖ ਜੁੜਿਆ ਹੋਇਆ ਹੈ, ਉਹ ਹੈ ਫਿਕਰ। ਇੱਕ ਖਿਆਲ ਕਰਿਓ, ਦੁਸ਼ਮਣ ਸਾਹਮਣੇ ਆ ਜਾਏ ਉਹਨਾਂ ਦੁੱਖ ਨਹੀਂ, ਪਰ ਜੇ ਫਿਕਰ ਹੋ ਜਾਏ, ਚਿੰਤਾ ਸਹਿਸਾ ਹੋਵੇ ਅੱਜ ਦੁਸ਼ਮਣ ਨੇ ਹਮਲਾ ਕਰਨਾ ਹੈ, ਤਾਂ ਉਹ ਪੂਰੀ ਰਾਤ ਨੀਂਦ ਨਹੀਂ ਆਉਂਦੀ। ਸਹਿਸਾ ਹੈ ਫਿਕਰ ਚਿੰਤਾ, ਅਤੇ ਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ, ਕਹਿਣ ਲੱਗੇ ਹਰ ਗ੍ਰਹੀ ਨੂੰ, ਹਰ ਘਰ ਨੂੰ, ਹਰ ਗ੍ਰਸਤੀ ਨੂੰ ਚਿੰਤਾ ਦਾ ਇੱਕ ਅਟੁੱਟ ਸੰਬੰਧ ਜੁੜਿਆ ਹੋਇਆ ਹੈ। ਪਰ ਚਲੋ, ਦੁਨਿਆਵੀ ਜੀਵਨ ਵਿੱਚ ਚਿੰਤਾ ਹੋ ਹੀ ਸਕਦੀਆਂ ਨੇ, ਹੋ ਹੀ ਸਕਦੀਆਂ, ਪਰ ਇੱਕ ਖਿਆਲ ਕਰਿਓ, ਜਦੋਂ ਮੈਂ ਦੇਖਣਾ ਗੁਰਬਾਣੀ ਵਿੱਚੋਂ ਵੀ ਦੇਖਣਾ, ਤਾਂ ਇੱਕ ਚੀਜ਼ ਸਾਹਮਣੇ ਆਉਂਦੀ ਹੈ ਕਿ ਦੁਨਿਆਵੀ ਨਹੀਂ ਧਰਮੀ ਦੁਨੀਆਂ ਅੰਦਰ ਵੀ ਚਿੰਤਾ ਹੈ। ਸਹਿਸੇ ਫਿਕਰ ਚਿੰਤਾਵਾਂ ਧਰਮ ਦੇ ਖੇਤਰ ਵਿੱਚ ਵੀ ਨੇ। ਇਹ ਗੱਲ ਵੱਖਰੀ ਹੈ ਕਿ ਧਰਮ ਦੇ ਖੇਤਰ ਵਿੱਚ ਚਿੰਤਾ ਧਰਮ ਨੇ ਨਹੀਂ ਪੈਦਾ ਕੀਤੀਆਂ, ਭਰਮ ਨੇ ਪੈਦਾ ਕਰ ਲਈਆਂ ਨੇ। ਭਰਮ ਪਾ ਦਿੱਤਾ ਗਿਆ ਕਿ ਮਰਨ ਤੋਂ ਬਾਅਦ ਕੋਈ ਧਰਮ ਰਾਜ ਹੈ ਉਹਦੇ ਪੇਸ਼ ਹੋਣਾ ਹੈ, ਅਤੇ ਉਹ ਹੈ ਵੀ ਬੜਾ ਸਖਤ, ਬੇਲਿਹਾਜ਼। ਜੋ ਫੈਸਲਾ ਉਹ ਕਰ ਦੇਵੇ, ਜੋ ਸਜ਼ਾ ਉਹ ਨਿਸ਼ਚਿਤ ਕਰ ਦੇਵੇ, ਉਸ ਸਜ਼ਾ ਦੀ ਕੋਈ ਅਪੀਲ ਨਹੀਂ, ਛੁਟਕਾਰਾ ਨਹੀਂ। ਬਸ ਇੱਕ ਫਿਕਰ ਪੈ ਗਿਆ, ਉਸ ਧਰਮ ਰਾਜ ਕੋਲੋਂ ਕਿਵੇਂ ਬਚਿਆ ਜਾਏ। ਗੁਰੂ ਨੇ ਬਾਣੀ ਵਿੱਚ ਆਖਦੇ ਕਹਿੰਦੇ ਨੇ, ਸੁਣ
ਸੋਹਣੇ ਹੀ ਡਰਾਇਆ। ਸੁਣ ਸੁਣ ਕੇ ਹੀ ਕੰਬ ਗਏ, ਕੋਈ ਧਰਮਰਾਜ ਹੈ? ਹੈ ਸਹਿਸਾ ਕਿਵੇਂ ਪੈਦਾ ਹੋ ਗਿਆ, ਚਿੰਤਾ ਫਿਕਰ ਕਿਵੇਂ ਪੈਦਾ ਧਰਮ ਦੇ ਖੇਤਰ ਵਿੱਚ? ਜਿਹੜਾ ਧਰਮੀ ਨਹੀਂ ਉਹ ਤਾਂ ਡਰਦਾ ਹੀ ਨਹੀਂ, ਮੈਂ ਨਹੀਂ ਜਾਣਦਾ ਧਰਮ ਨੂੰ, ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਉਹ ਤਾਂ ਇੱਥੇ ਖਲੋਤਾ, ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ। ਜਿਹੜਾ ਧਰਮ ਦੇ ਖੇਤਰ ਵਿੱਚ ਵਿਸ਼ਵਾਸ ਕਰਦਾ ਹੈ ਉਹ ਧਰਮ ਦੀਆਂ ਗੱਲਾਂ ਸੁਣਦਾ ਹੈ, ਭਾਵੇਂ ਸੁਣਾਵੇ ਉਹਨੂੰ ਬ੍ਰਾਹਮਣਿਜ਼ਮ, ਭਾਵੇਂ ਕੋਈ ਗ੍ਰੰਥੀ, ਭਾਵੇਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ ਜਾਂਦਾ ਹੀ ਨਹੀਂ, ਉਹ ਇੱਥੋਂ ਗੱਲਾਂ ਸੁਣ ਕੇ ਮਨ ਬਣਾ ਲੈਂਦਾ ਧਰਮੀ। ਉਹਨੂੰ ਧਰਮ ਖੇਤਰ ਵਾਲਿਆਂ ਨੇ ਇਹ ਆਖ ਦਿੱਤਾ ਵੀ ਮਰਨ ਤੋਂ ਬਾਅਦ ਕਿਸੇ ਧਰਮ ਰਾਜ ਦੇ ਪੇਸ਼ ਹੋਣਾ, ਉਹ ਬੜਾ ਕਠੋਰ ਹੈ, ਬੜਾ ਕਰੜੇ ਸੁਭਾਅ ਦਾ ਹੈ, ਲਿਖਦਾ ਨਹੀਂ, ਆਪਣਾ ਫੈਸਲਾ ਬਦਲਦਾ ਨਹੀਂ। ਬਸ ਫਿਕਰ ਹੋ ਗਿਆ, ਗੁਰਬਾਣੀ ਨੇ ਇੱਕ ਗੱਲ ਆਖੀ, ਕਹਿਣ ਲੱਗੇ ਸੋਹਣੇ ਸੋਹਣੇ ਹੀ ਡਰਾਇਆ। ਸੁਣ ਸੁਣ ਕੇ ਹੀ ਮਨ ਕੰਬ ਗਿਆ, ਹੈਂ ਧਰਮਰਾਜ ਕੋਈ ਆਇਆ ਉਹਦੇ ਪੇਸ਼ ਹੋਣਾ? ਸੁਣ ਸੋਹਣੇ ਹੀ ਡਰਾਇਆ, ਕਰ ਰੋ ਧਰਮ ਰਾਜਾ। ਧਰਮ ਰਾਜਾ ਬੜਾ ਕਰੜੇ ਸੁਭਾਅ ਹੈ, ਕਰ ਰੋ ਧਰਮ ਰਾਜਾ। ਤੇ ਉਹ ਸਜ਼ਾ ਇਹੋ ਜਿਹੀ ਕੁੰਭੀ ਨਰਕ ਵਿੱਚ ਸੁੱਟਦਾ ਹੈ, ਗ੍ਰਹਿ ਅੰਧ ਕੁਪਾਇਆ, ਭਾਵਕ ਸਗਰਾਇਆ, ਉੱਥੇ ਅੱਗ ਦੇ ਖੂਹ ਵਿੱਚ ਸੁੱਟ ਦਿੰਦਾ। ਬਸ ਫਿਕਰ ਪੈ ਗਏ, ਤੇਰੇ ਕਰਮਾਂ ਦਾ ਹਿਸਾਬ ਮੰਗਣਾ ਹੈ, ਤੂੰ ਕਰਮ ਪਛਾਣਦਾ ਨਹੀਂ, ਕੀ ਕਰਨਾ ਕੀ ਨਹੀਂ ਕਰਨਾ, ਉੱਥੇ ਕਰਮਾਂ ਦਾ ਹਿਸਾਬ ਦੇਣਾ ਪੈਣਾ ਹੈ। ਹਾਲਾਂਕਿ ਗੁਰੂ ਇੱਕ ਆਵਾਜ਼ ਲਿਖ ਦੇ ਰਿਹਾ ਸੀ, ਕਹਿੰਦਾ ਸੀ ਮੈਂ ਭੇਤ ਦੇਣਾ ਤੈਨੂੰ, ਉਹਦੇ ਕੋਲੋਂ ਕਿਵੇਂ ਬਚਣਾ ਹੈ? ਦੇਖੋ ਜਿਹੜਾ ਸਾਨੂੰ ਦੁੱਖਾਂ ਤੋਂ ਬਚਣ ਦਾ ਭੇਦ ਦੇਵੇ, ਭੇਦ ਕਹਿੰਦੇ ਨੇ ਤਰੀਕਾ, ਡਾਇਗਨੋਸ ਕਰਨਾ, ਜਾਣ ਲੈਣਾ ਵੀ ਕਿਵੇਂ ਬਚਿਆ ਜਾ ਸਕਦਾ ਹੈ, ਇਹਨੂੰ ਕੀ ਰੋਗ ਹੈ, ਇਹਦਾ ਹੱਲ ਕੀ ਹੈ, ਜਿਹੜਾ ਇਹਨੂੰ ਰੋਗ ਹੈ ਇਹਦਾ ਇਲਾਜ ਕੀ ਹੈ? ਗੁਰੂ ਬਾਣੀ ਵਿੱਚ ਕਹਿੰਦੇ ਨੇ, ਗੁਰੂ ਸਮਝਾਉਂਦਾ ਧਰਮ ਰਾਏ ਅਬ ਕਹਾਂ ਕਰੇ ਕੋ, ਆਈ ਗੁਰਦਾਸ ਨੇ ਬਕਾਇਦਾ ਇੱਕ ਐਗਜ਼ਾਮਪਲ ਦੇ ਦਿੱਤੀ, ਕਹਿਣ ਲੱਗੇ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ
ਲਿਆ ਗਣ ਗੰਧਰਵ ਸਭਾ ਸੁਖਵਾਸੀ ਜੰਪੁਰ ਗਿਆ ਪੁਕਾਰ ਸੁਣ ਵਿਲ ਲਾਵਣ ਉੱਥੇ ਕੋਈ ਰੋ ਰਹੇ ਸਨ ਚੀਕਾਂ ਮਾਰ ਰਹੇ ਸਨ ਦੁਖੀ ਹੋ ਰਹੇ ਸਨ ਵਿਲ ਲਾਵਣ ਜੀ ਨਰਕ ਨਿਵਾਸੀ ਧਰਮ ਰਾਏ ਨੂੰ ਆਖਿਓਸ ਤਰਸ ਆ ਗਿਆ ਧਰਮ ਰਾਏ ਨੂੰ ਆਖਣ ਲੱਗਾ ਇਹਨਾਂ ਨੂੰ ਛੱਡ ਦੇ ਵਿਚਾਰੇ ਕਿਉਂ ਰੋਂਦੇ ਨੇ ਵਿਲਕਦੇ ਨੇ ਮੈਨੂੰ ਇਹਨਾਂ 'ਤੇ ਤਰਸ ਆਉਂਦਾ ਧਰਮ ਰਾਏ ਨੂੰ ਆਖਿਓ ਸਭਨਾ ਦੀ ਕਰ ਬੰਦ ਖਲਾਸੀ ਤੇ ਧਰਮ ਰਾਏ ਜਵਾਬ ਦਿੰਦਾ ਕਹਿੰਦਾ ਮੇਰੇ ਬਸ ਨਹੀਂ ਇਹ ਨਿਯਮ ਜਿਹੜੇ ਕਰਮਾਂ ਦੇ ਫਲ ਦੇ ਨੇ ਉਹ ਮੈਂ ਥੋੜ੍ਹੋ ਬਣਾਏ ਨੇ ਕਰੇ ਬੇਨਤੀ ਧਰਮ ਰਾਏ ਹਾਂ ਸੇਵਕ ਠਾਕਰ ਅਬਨਾਸੀ ਕਹਿਣ ਲੱਗਾ ਕਿਵੇਂ ਇਹਨਾਂ ਦਾ ਬਚਾਅ ਵੀ ਹੋ ਸਕਦਾ ਲੋ ਭੇਤ ਕੀ ਹੈ ਬਚਾ ਵੀ ਹੋ ਸਕਦਾ ਕਹਿਣ ਲੱਗੇ ਹਾਂ ਨਾਮ ਗਹਿਣੇ ਪਾ ਦੇ ਇੱਥੇ ਵੀ ਲਫਜ਼ ਐਵੇਂ ਭਗਤ ਬਿਨਾ ਸਹਿ ਸਰ ਨੇ ਚੁੱਕਿਆ ਗੁਰ ਇਹ ਭੇਦ ਬਤਾਵੇ ਹਰ ਕੇ ਨਾਮ ਬਿਨਾ ਦੁੱਖ ਪਾਵੇ ਕਹਿਣ ਲੱਗੇ ਨਾਮ ਗਹਿਣੇ ਗਹਿਣੇ ਧਰਿਓ ਏਕ ਨਾਮ ਪਾਪਾਂ ਨਾਲ ਕਰੇ ਨਿਰਜਸ ਪਾਸੰਗ ਪਾਪ ਨਾ ਪੁੱਜਨੀ ਗੁਰਮੁਖ ਨਾਮ ਅਤੁਲ ਨਾ ਤੁਲਾਸੀ ਨਰਕੋਂ ਛੁੱਟੇ ਜੀ ਜੰਤ ਗੁਰਦੱਸੇ ਭੇਤ ਭੇਤ ਕੀ ਹੈ ਹੁਣ ਦੇਖਣਾ ਧਰਮ ਰਾਜ ਕੋਲੋਂ ਡਰ ਵੀ ਰਿਹਾ ਕੋਈ ਜਿਹਦੇ ਕੋਲ ਆ ਭੇਤ ਨਹੀਂ ਉਹ ਧਰਮ ਰਾਜ ਦੇ ਲਫਜ਼ ਤੋਂ ਡਰ ਰਿਹਾ ਸੁਣ ਸੁਣ ਹੀ ਡਰਾਇਆ ਕਰ ਰੋ ਧਰਮ ਰਾਇਆ ਗਏ ਗੰਧ ਕੁਪਾਇਆ ਪਾਵਕ ਸਗਰਾਇਆ ਬੜਾ ਮੁਸ਼ਕਿਲ ਹੈ ਤੇ ਗੁਰੂ ਕਹਿੰਦੇ ਨੇ ਚੰਗੀ ਗੱਲ ਇਹ ਨਹੀਂ ਜਿਹਦੇ ਕੋਲ ਇਹਦੇ ਕੋਲੋਂ ਬਚਨ ਦਾ ਭੇਦ ਹੋਵੇ ਉਹ ਕਹਿੰਦਾ ਮੈਂ ਤੇ ਪਹਿਲਾਂ ਬੜੇ ਕਰਮ ਜਿੰਨਾ ਧਰਮ ਕਰਮ ਹੋ ਰਿਹਾ ਉਹ ਸਾਰਾ ਇੱਕ ਡਰ ਦੇ ਓਹਲੇ ਹੋ ਰਿਹਾ ਕਦੀ ਤੁਸੀਂ ਆਪਣੇ ਹਿਰਦੇ ਵਿੱਚ ਝਾਤ ਮਾਰਿਓ ਤਾਂ ਹਰ ਅਰਦਾਸ ਹਰ ਕਰਮ ਧਰਮ ਤੀਰਥਾਂ 'ਤੇ ਜਾਣਾ ਇਸ਼ਨਾਨ ਕਰਨਾ ਅਖੰਡ ਪਾਠਾਂ ਦੀਆਂ ਲੜੀਆਂ ਚਲਾਉਣੀਆਂ ਸਾਰੇ ਦੇ ਪਿੱਛੇ ਕੋਈ ਸਹਿਮ ਕੋਈ ਸਹਿਸਾ ਕੋਈ ਡਰ ਖੜਾ ਫਿਕਰ ਖੜਾ ਕਿ ਜੇ ਮੈਂ ਆਹ ਕਰਮ ਧਰਮ ਕਰਾਂਗਾ ਤਾਂ ਮੈਂ ਇਸ ਦੁੱਖਾਂ ਤੋਂ ਬਚ ਜਾਵਾਂਗਾ ਬਸ ਬਚ ਜਾਣ ਦਾ ਇੱਕ ਜਿਹੜਾ ਫਿਕਰ ਹੈ ਨਾ ਉਹ ਹੀ ਸਭ ਕੁਝ ਧਰਮ ਕਰਮ ਕਰਾ ਰਿਹਾ ਅੱਜ ਮਨੁੱਖ ਸੁਖੀ ਹੋ ਜਾਏ ਫਿਕਰ ਚਿੰਤਾ ਖਤਮ ਕਰ ਕਦੀ ਨਾਮ ਨਾ ਜਪੇ ਕਦੀ ਨਾਮ ਨਾ ਜਪੇ
ਮੈਂ ਹੈਰਾਨ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਇੱਕ ਸ਼ਬਦ ਦੀ ਐਗਜ਼ਾਮਪਲ ਬੜੀ ਖੂਬਸੂਰਤ ਹੈ। ਸਤਿਗੁਰੂ ਕਹਿੰਦੇ ਨੇ ਦੀਵਾ ਮੇਰਾ ਇੱਕ ਨਾਮ, ਕਹਿਣ ਲੱਗੇ ਨਾਮ ਇੱਕ ਦੀਵਾ ਹੈ, ਪਰ ਜਗਦਾ ਕਦੋਂ ਹੈ? ਦੀਵੇ ਘਰ ਵਿੱਚ 10 ਵੀ ਹੋਣ, ਜਗਦੇ ਨਾ ਹੋਣ, ਉਸ ਦੀਵਿਆਂ ਦਾ ਕੀ ਫਾਇਦਾ? ਐਗਜ਼ਾਮਪਲ ਬੜੀ ਖੂਬਸੂਰਤ ਹੈ ਗੁਰਬਾਣੀ ਸਮਝਣ ਵਾਲੀ। ਕਹਿੰਦੇ ਨੇ ਨਾਮ ਮਨ ਨੂੰ ਦੀਵਾ ਹੈ, ਪਰ ਧਿਆਨ ਦੇ ਜਗਦਾ ਕਿਉਂ ਨਹੀਂ? ਕਿਉਂਕਿ ਇਹਦੇ ਵਿੱਚ ਤੇਲ ਨਹੀਂ, ਬਾਣੀ ਹੈ, ਬਿਨ ਤੇਲ ਦੀਵਾ ਕਿਉਂ ਜਲੇ? ਬਿਨਾਂ ਦੀਵਾ ਜਿੰਨੇ ਮਰਜ਼ੀ ਵੀ ਰੱਖੋ, ਜੇ ਵਿੱਚ ਤੇਲ ਹੀ ਨਾ ਪਾਓ ਤਾਂ ਕਿਵੇਂ ਜਗਣਗੇ? ਅਤੇ ਜੇ ਜਗਣਗੇ ਨਹੀਂ ਤਾਂ ਰੋਸ਼ਨੀ ਕਿਵੇਂ ਦੇਣਗੇ? ਉਹਨਾਂ ਦੀਵਿਆਂ ਦਾ ਫਾਇਦਾ ਕੀ ਹੋਏਗਾ? ਐਗਜ਼ਾਮਪਲ ਹੈ। ਕਹਿੰਦੇ ਨੇ ਦੀਵਾ ਮੇਰਾ ਇੱਕ ਨਾਮ, ਨਾਮ ਮੇਰਾ ਦੀਵਾ ਹੈ, ਪਰ ਦੁਨੀਆਂ ਦੇ ਲੋਕੋ ਭਲਿਓ ਇਹ ਜਗਦਾ ਉਦੋਂ ਹੀ ਜਦੋਂ ਦੁੱਖ ਵਿੱਚ ਪਾਇਆ ਤੇਲ। ਜਦੋਂ ਮੇਰੇ 'ਤੇ ਦੁੱਖ ਆਉਂਦੇ ਨੇ ਉਦੋਂ ਮੈਂ ਵਾਹਿਗੁਰੂ ਵਾਹਿਗੁਰੂ ਜ਼ਿਆਦਾ ਕਰਨਾ। ਆਹ ਧਰਮ ਕਰਮ ਜਿੰਨਾ ਨਾ ਇਹ ਦੁੱਖਾਂ ਤੋਂ ਪੈਦਾ ਹੋਇਆ ਹੈ, ਦੁੱਖਾਂ ਦੇ ਡਰ ਤੋਂ ਪੈਦਾ ਹੋਇਆ। ਕਿਤੇ ਦੁੱਖ ਆ ਨਾ ਜਾਣ ਨਾਮ ਜਪੋ, ਕਿਤੇ ਦੁੱਖ ਆ ਨਾ ਜਾਣ ਆਹ ਕੰਮ ਧਰਮ ਕਰਮ ਕਰੋ। ਧਰਮ ਕਰਮ ਦਾ ਜਿੰਨਾ ਅਡੰਬਰ ਹੈ ਨਾ ਸਾਰਾ ਅਸੀਂ ਦੁੱਖ ਦੇ ਓਹਲੇ ਵਿੱਚ ਰੱਖ ਲਿਆ। ਪਰ ਗੁਰੂ ਸਾਹਿਬ ਨੇ ਬੜਾ ਸੋਹਣਾ ਇੱਕ ਸਮਝੋ ਉਦਾਹਰਣ ਦਿੱਤਾ। ਕਹਿੰਦੇ ਨਾਮ ਮੇਰਾ ਦੀਵਾ ਹੈ, ਪਰ ਕਰਾਂ ਕਿ ਜਗਦਾ ਇਹ ਤੇਲ ਨਾਲ ਹੀ ਹੈ, ਅਤੇ ਤੇਲ ਦੁੱਖ ਹੈ। ਦੁੱਖਾਂ ਦਾ ਤੇਲ ਨਾ ਆਵੇ ਜਗਦਾ ਵੀ ਨਹੀਂ, ਦੁੱਖਾਂ ਦਾ ਤੇਲ ਨਾ ਹੋਵੇ ਨਾ ਦੀਵਾ ਨਹੀਂ ਜਗਦਾ, ਨਾਮ ਨਹੀਂ ਜਪਿਆ ਜਾਂਦਾ, ਪ੍ਰਭੂ ਨਾਲ ਜੁੜਿਆ ਹੀ ਨਹੀਂ ਜਾਂਦਾ। ਗੁਰਬਾਣੀ ਆਖਦੀ ਹੈ, ਕਹਿੰਦੇ ਨੇ ਦੀਵਾ ਮੇਰਾ ਇੱਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਹਦੇ ਵਿੱਚ ਤੇਲ ਪਾ ਲਿਆ ਦੁੱਖਾਂ ਦਾ, ਹੁਣ ਦੀਵਾ ਜਗ ਪਿਆ। ਨਾਮ ਨਾਲ ਬੜਾ ਮਨ ਲੱਗਦਾ ਜਦੋਂ ਦੁਖੀ ਹੋਵੇ, ਦੀਵਾ ਜਗ ਪਿਆ। ਪਰ ਕਹਿਣ ਲੱਗੇ ਇੱਕ ਗੱਲ ਬੜੀ ਮਹਾਨ ਅੱਗੇ ਸਮਝਣ ਵਾਲੀ ਹੈ, ਉਹ ਇਹ ਕਿ ਜਦੋਂ ਦੀਵਾ ਜਗਦਾ ਹੈ ਨਾ ਉਦੋਂ ਤੇਲ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਕਿੱਡੀ ਗਹਿਰਾਈ ਵਿੱਚ ਗਏ ਨੇ। ਅਤੇ ਦੀਵਾ ਨਾ ਜਗਦਾ ਹੋਵੇ, ਤੇਲ ਨਾਲ ਭਰ ਕੇ ਰੱਖ ਦਿਓ, 10 ਦਿਨਾਂ ਬਾਅਦ ਵੇਖੋਗੇ ਦੀਵਾ ਉਵੇਂ ਭਰਿਆ ਹੋਇਆ ਤੇਲ ਨਾਲ। ਪਰ ਜੇ ਦੀਵਾ ਤੇਲ ਨਾਲ ਭਰ ਕੇ ਰਾਤ ਨੂੰ ਜਗਾ ਦਿਓ ਅਤੇ ਸਾਰੀ ਰਾਤ ਜਗਦਾ ਰਹੇ, ਸਵੇਰ ਨੂੰ ਤੇਲ ਖਤਮ ਹੋ ਜਾਂਦਾ। ਜਿਹਦੇ ਨਾਲ ਜਗਿਆ ਸੀ ਨਾ ਉਹ ਖਤਮ ਹੋ ਗਿਆ। ਕਹਿੰਦੇ ਨੇ ਦੁੱਖਾਂ ਨਾਲ ਇਹ ਨਾਮ ਦਾ ਦੀਵਾ ਜਗਦਾ ਹੈ,
ਤੇ ਤੁਸੀਂ ਦਿਨ ਰਾਤ ਜਿਸ ਦਿਨ ਵੀ ਗਾਵੋ ਰਹਿਣੀ ਗਾਵੋ ਗਾਵੋ ਸਾਹ ਸਾਹ ਸਨਾਰੀ। ਜੇ ਸ਼ੁਰੂ ਕਰਦੇ ਹੋ ਤਾਂ ਨਤੀਜਾ ਇਹ ਨਿਕਲੇਗਾ ਕੀ ਵੇਖੋਗੇ, ਦੁੱਖ ਖਤਮ ਹੋਣੇ ਸ਼ੁਰੂ ਹੋ ਜਾਣਗੇ। ਤੇਲ ਜਗਦੇ ਦੀਵੇ ਦਾ ਤੇਲ ਖਤਮ ਹੋਣਾ। ਗੁਰੂ ਨੇ ਮਾੜੀ ਵਿੱਚ ਐਗਜ਼ਾਮਪਲ ਦਿੱਤੀ, ਕਹਿਣ ਲੱਗੇ ਦੀਵਾ ਮੇਰਾ ਏਕਣਾ ਦੁੱਖ ਵਿੱਚ ਪਾਇਆ ਤੇਲ ਉਹਨੇ ਚਾਨਣ ਵੀ ਦਿੱਤਾ ਤੇ ਉਹ ਜਿਹੜਾ ਤੇਲ ਸੀ ਨਾ ਦੁੱਖਾਂ ਦਾ ਉਹਨੂੰ ਸੋਖ ਵੀ ਲਿਆ, ਸੋਖ ਕਹਿੰਦੇ ਨੇ ਖਤਮ ਕਰ ਦਿੱਤਾ। ਦੀਵਾ ਮੇਰਾ ਏਕ ਨਾਮ ਉਹਨ ਚਾਨਣ ਓਏ ਸੋਖਿਆ ਚੂਕਾ ਜਮ ਸੋ ਮੇਲ। ਜਿਹੜਾ ਸਹਿ ਸਿੰਘ ਨਾ ਵੀ ਜਾਮਾ ਆਉਣਗੇ ਧਰਮਰਾਜ ਦੇ ਪੇਸ਼ ਹੋਣਗੇ ਯੇ ਕਰਨਗੇ, ਉਹ ਸਾਰਾ ਸਾਰਾ ਸਹਿ ਸਹੀ ਖਤਮ ਹੋ ਗਿਆ। ਹੁਣ ਮੇਰਾ ਨਾ ਜਮ ਕੁਝ ਵਿਗਾੜ ਸਕਦੇ ਨੇ, ਨਾ ਮੇਰਾ ਧਰਮਰਾਜ ਕੁਝ ਹਿਸਾਬ ਮੰਗ ਸਕਦਾ ਵਿਗਾੜ। ਕੈਸੀ ਇੱਕ ਭੇਤ ਦੀ ਗੱਲ ਗੁਰੂ ਨੇ ਦੱਸ ਦਿੱਤੀ। ਕਹਿਣ ਲੱਗੇ ਦੀਵਾ ਜਗਾਉਣ ਵਾਸਤੇ ਦੁੱਖਾਂ ਦੀ ਲੋੜ, ਦੁੱਖਾਂ ਤੋਂ ਘਬਰਾ ਨਾ। ਦੁਖਦਾਰੂ ਐਵੇਂ ਨਹੀਂ ਕਿਹਾ, ਦੁਖਦਾਰੂ ਸੁਖਰੋਗ ਭਇਆ ਐਵੇਂ ਨਹੀਂ ਆਖਿਆ। ਜਾਂ ਸੁਖ ਤਾਮ ਨਾ ਹੋਏ, ਜਦੋਂ ਸੁਖ ਹੁੰਦਾ ਉਦੋਂ ਰੱਬ ਨਹੀਂ ਹੁੰਦਾ, ਰੱਬ ਚੇਤੇ ਹੀ ਨਹੀਂ ਹੁੰਦਾ। ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ, ਉਦੋਂ ਨਹੀਂ ਹੁੰਦਾ। ਰੱਬ ਪ੍ਰਭੂ ਚੇਤੇ ਆਉਂਦਾ ਹੈ ਜਦੋਂ ਦੁੱਖ ਆਵੇ, ਇਸ ਲਈ ਦੁੱਖਾਂ ਤੋਂ ਡਰਨਾ, ਨਾਨਕ ਬੋਲਣ ਝੱਕਣਾ, ਦੁੱਖ ਛੱਡ ਮੰਗੀਏ ਸੁਖ। ਅਸੀਂ ਦੁੱਖ ਤੋਂ ਡਰਨੇ ਹਾਂ, ਸੁੱਖ ਮੰਗਦੇ ਹਾਂ, ਪਰ ਗੁਰੂ ਕਹਿੰਦੇ ਨੇ ਨਹੀਂ, ਇਉਂ ਨਹੀਂ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜੈ ਮੈਂ ਤਾਂ ਬਦਲਵੇ ਪੁਸ਼ਾਕ ਹੈ ਬਦਲਵਾ। ਜਦੋਂ ਕੱਪੜੇ ਬਦਲਦੇ ਉਹ ਖੁਸ਼ੀ ਹੁੰਦੀ ਹੈ ਨਾ, ਕਿਉਂਕਿ ਹਰ ਬਦਲਿਆ ਕੱਪੜਾ ਜਿਹੜਾ ਆਪਣੀ ਸੋਭਾ। ਕਹਿਣ ਲੱਗੇ ਇਸੇ ਤਰ੍ਹਾਂ ਸੁੱਖ ਅਤੇ ਦੁੱਖ, ਦੁੱਖ ਅਤੇ ਸੁੱਖ, ਸੁੱਖ ਅਤੇ ਦੁੱਖ, ਦੁੱਖ ਅਤੇ ਸੁੱਖ, ਇਹ ਜੀਵਨ ਦਾ ਪਹਿਰਾਵਾ ਹੈ। ਇਸ ਲਈ ਇਹਨਾਂ ਤੋਂ ਘਬਰਾ ਨਾ, ਸਿਰਫ ਜਦੋਂ ਦੁੱਖ ਆਵੇ ਉਦੋਂ ਦੀਵਾ ਬਾਲ ਲੈ, ਉਦੋਂ ਦੀਵਾ ਬਾਲ ਲੈ, ਇਹ ਭੇਤ ਹੈ। ਅਤੇ ਜੀ ਦੀਵਾ ਬਲੇ ਅੰਧੇਰਾ ਜਾਏ, ਜਦੋਂ ਦੀਵਾ ਬਲੇਗਾ ਅੰਧੇਰਾ ਚਲਾ ਜਾਏਗਾ, ਅਤੇ ਅੰਧੇਰਾ ਅੰਧੇਰਾ ਖਤਮ ਨਹੀਂ ਹੋਏਗਾ, ਤੇਲ ਵੀ ਖਤਮ ਹੋ ਜਾਏਗਾ। ਐਵੀਂ ਗੱਲ ਨਹੀਂ, ਮੈਂ ਹੈਰਾਨ ਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਥਾਂ 'ਤੇ ਸਿੱਧ ਗੋਸ਼ਟ ਵਿੱਚ ਚਰਪਟ ਪੁੱਛਦਾ ਹੈ, ਉਹ ਜਵਾਬ ਸਾਲ ਗੁਰਬਾਣੀ ਵਿੱਚ ਹੈ,
ਸਿੱਧ ਗੋਸ਼ਟ ਵਿੱਚ ਗੁਰੂ ਕਹਿੰਦੇ ਨੇ ਦੁਨੀਆ ਸਾਗਰ ਦੁੱਤਰ ਕਹੀ ਹੈ ਮੈਨੂੰ ਸਹਿਸ ਹੈ ਮੈਨੂੰ ਫਿਕਰ ਹੈ ਇਸ ਦੁਨੀਆ ਦੇ ਖਾਰੇ ਸਮੁੰਦਰ ਵਿੱਚ ਆ ਗਿਆ ਜਿੰਦਾ ਪਰਲਾ ਕਿਨਾਰਾ ਨਹੀਂ ਲੱਭਦਾ ਤਰਨਾ ਵੀ ਔਖਾ ਹੈ ਅਤੇ ਕਿਵੇਂ ਪਾਰਲੇ ਕਿਨਾਰੇ 'ਤੇ ਪੁੱਜਾਂ ਚਰਪਟ ਗੁਰੂ ਨਾਨਕ ਕੋਲੋਂ ਪੁੱਛਦਾ ਹੈ ਕਿਉਂ ਪੁੱਛਦਾ ਕਿਉਂਕਿ ਉਹ ਸਮਝਦਾ ਹੈ ਇਹ ਦੱਸ ਸਕਦਾ ਭੇਤ ਦੁਨੀਆ ਸਾਗਰ ਦੁੱਤਰ ਕਹੀ ਹੈ ਕਿਉਂ ਕਰ ਪਾਈ ਹੈ ਪਾਰੋ ਕਿਵੇਂ ਪਾਰ ਪਹੁੰਚਿਆ ਚਰਪਟ ਬੋਲੇ ਚਰਪਟ ਬੋਲੇ ਔਧੂ ਨਾਨਕ ਦੇ ਸੱਚਾ ਵਿਚਾਰਾ ਚਰਪਟ ਕਹਿੰਦਾ ਚਰਪਟ ਨਾਥ ਜੋਗੀ ਦਾ ਨਾਮ ਹੈ ਚਰਪਟ ਕਹਿੰਦਾ ਹੈ ਨਾਨਕ ਮੈਨੂੰ ਤੇਰੇ 'ਤੇ ਵਿਸ਼ਵਾਸ ਹੈ ਤੂੰ ਅਥਾਰਟੀ ਲੈ ਕੇ ਆਇਆ ਸਾਰਾ ਭੇਤ ਤੇਰੇ ਕੋਲ ਹੈ ਇਸ ਦੀਨ ਦਾ ਵੀ ਅਤੇ ਦੁਨੀ ਦਾ ਵੀ ਇਸ ਲਈ ਆ ਮੇਰੇ ਮਨ ਦਾ ਇੱਕ ਸਹਿਸਾ ਫਿਕਰ ਮਿਟਾ ਦੇ ਕਿ ਦੁਨੀਆ ਦਾ ਸਾਗਰ ਜਿਹੜਾ ਦੁੱਤਰ ਹੈ ਤਰਿਆ ਨਹੀਂ ਜਾ ਸਕਦਾ ਜਿਹਦਾ ਕਿਨਾਰਾ ਨਹੀਂ ਲੱਭਦਾ ਇਹਦਾ ਪਰਲਾ ਕਿਨਾਰਾ ਕਿਵੇਂ ਮਿਲੇ ਦੁਨੀਆ ਸਾਗਰ ਦੁੱਤਰ ਕਹੀ ਹੈ ਕਿਉਂ ਕਰ ਪਾਈਏ ਪਾਰੋ ਚਰਪਟ ਬੋਲੇ ਔਧੂ ਨਾਨਕ ਦੇ ਸੱਚਾ ਵਿਚਾਰੋ ਮੈਨੂੰ ਵਿਚਾਰ ਰਸ ਆਪਣਾ ਫੈਸਲਾ ਦੇ ਅਤੇ ਗੁਰੂ ਨਾਨਕ ਜਵਾਬ ਦਿੰਦੇ ਨੇ ਭੇਤ ਹੈ ਨਾ ਇਹਨੂੰ ਕਹਿੰਦੇ ਨੇ ਗੁਰੂ ਕੋਲੋਂ ਭੇਤ ਲੈਣਾ ਗੁਰੂ ਕਹਿੰਦੇ ਨੇ ਜੈਸੇ ਜਲ ਮੈਂ ਕਮਲ ਨਿਰਾਲ ਬਸ ਦੁਨੀਆਂ ਵਿੱਚ ਰਹੇ ਜਿਵੇਂ ਪਾਣੀ ਵਿੱਚ ਕਮਲ ਰਹਿੰਦਾ ਪਰ ਪਾਣੀ ਨਾਲ ਭਿੱਜਦਾ ਨਹੀਂ ਜਿਵੇਂ ਮੁਰਗਾਬੀ ਪਾਣੀ ਵਿੱਚ ਤਰਦੀ ਹੈ ਪਾਣੀ ਵਿੱਚ ਰਹਿੰਦੀ ਹੈ ਪਰ ਖੰਭ ਨਹੀਂ ਭਿੱਜਣ ਦਿੰਦੀ ਇਵੇਂ ਦੁਨੀਆਂ ਵਿੱਚ ਰਹੇ ਸੰਸਾਰ ਛੱਡਣਾ ਨਹੀਂ ਤੂੰ ਤਾਂ ਸੰਸਾਰ ਛੱਡੀ ਫਿਰਨਾ ਚਰਪਟ ਘਰਬਾਰ ਸੰਸਾਰ ਛੱਡ ਕੇ ਜੰਗਲਾਂ ਵਿੱਚ ਰਸਤਾ ਅਪਣਾ ਰਿਹਾ ਨਹੀਂ ਜੇ ਮੇਰੇ ਕੋਲੋਂ ਉਸ ਪਾਰ ਕਿਨਾਰੇ ਦਾ ਭੇਤ ਲੈਣਾ ਚਾਹੁੰਦਾ ਹੈ ਤਾਂ ਮੇਰਾ ਭੇਤ ਇਹ ਹੈ ਦੁਨੀਆ ਸਾਗਰ ਦੁੱਤਰ ਕਹੀਏ ਦੇ ਜਵਾਬ ਵਿੱਚ ਗੁਰੂ ਨਾਨਕ ਸਿੱਧ ਗੋਸ਼ਟ ਅੰਦਰ ਹੀ ਅਗਲੇ ਸਲੋਕ ਵਿੱਚ ਜਵਾਬ ਦਿੰਦੇ ਨੇ ਕਹਿੰਦੇ ਨੇ ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਈ ਨਿਸ਼ਾਨੇ ਸੁਰਤ ਸ਼ਬਦ ਭਵ ਸਾਗਰ ਤਰਿਆ
ਵਾਹਿਗੁਰੂ ਦੇ ਭੇਤ ਦੇ ਸ਼ਬਦ ਕੀ ਨੇ, ਇੱਕ ਫੈਸਲਾ ਮਨ ਅੰਦਰ ਰੱਖਿਓ ਕਿ ਗੁਰੂ ਦੇ ਹਰ ਸ਼ਬਦ ਵਿੱਚ ਜੀਵਨ ਦਾ ਕੋਈ ਭੇਤ ਛੁਪਿਆ ਹੋਇਆ ਹੈ। ਅਸੀਂ ਅੱਖਾਂ ਮੀਤ ਕੇ ਲੰਘ ਰਹੇ ਹਾਂ। ਸਤਿਗੁਰ ਨੇ ਬਾਣੀ ਵਿੱਚ ਐਵੇਂ ਨਹੀਂ ਆਖਿਆ ਕਿ ਮੈਂ ਦੇਖਦਾ ਕੀ ਹਾਂ, ਮਾਰਗ ਮੋਤੀ ਮੋਤੀ ਬਿਥਰੇ, ਤੇਰੇ ਰਾਹ ਵਿੱਚ ਮੋਤੀ ਬਿਖਰੇ ਹੋਏ ਨੇ, ਤੇਰੇ ਜੀਵਨ ਦੇ ਰਾਹ ਵਿੱਚ ਸ਼ਬਦ ਇੱਕ ਹੀਰੇ ਲਾਲ ਰਤਨ ਮੋਤੀਆਂ ਦੇ ਰੂਪ ਵਿੱਚ ਤੇਰੇ ਸਾਹਮਣੇ ਹੈ, ਪਰ ਤੂੰ ਅੱਖਾਂ ਬੰਦ ਕਰਕੇ ਲੰਘ ਰਿਹਾ ਹੈ। ਮਾਰਗ ਮੋਤੀ ਬਿਥਰੇ ਅੰਧਾ ਨਿਕਸਿਓ ਜਾਏ, ਉਸ ਰਸਤੇ 'ਤੇ ਕੋਈ ਅੰਧਲਾ ਤੁਰ ਰਿਹਾ ਹੋਵੇ, ਭਲਾ ਉਸ ਮੋਤੀਆਂ ਦਾ ਉਹਨੂੰ ਕੋਈ ਫਾਇਦਾ ਹੈ? ਉਹ ਅਮੀਰ ਹੋ ਜਾਏਗਾ, ਉਹਦੀ ਗਰੀਬੀ ਕੱਟੀ ਜਾਏਗੀ। ਸਤਿਗੁਰੂ ਕਹਿੰਦੇ ਨੇ ਮਾਰਗ ਮੋਤੀ ਬਿਥਰੇ ਅੰਧਾ ਨਿਕਸਿਓ ਜਾਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਮਨੁੱਖ ਅੰਧਾ ਹੋ ਗਿਆ, ਇਹਦੇ ਕੋਲ ਰੱਬੀ ਜੋਤ ਮਿਲੀ ਨਹੀਂ, ਉਹਦਾ ਨਤੀਜਾ ਇਹ ਹੈ ਸਾਰਾ ਸੰਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਬਿਖਰੇ ਹੋਏ ਮੋਤੀਆਂ ਦੇ ਉੱਪਰੋਂ ਲੰਘ ਰਿਹਾ ਹੈ, ਪਰ ਗਰੀਬ ਦਾ ਗਰੀਬ ਹੈ, ਇਹਦੇ ਪੱਲੇ ਕੁਝ ਨਹੀਂ। ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ, ਅਤੇ ਸਤਿਗੁਰੂ ਨੇ ਇਸੇ ਲਈ ਆਖਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਚਰਪਟ ਨੂੰ ਮੁਖਾਤਬ ਕਰਕੇ ਪਲਿਆ, ਇੱਕੋ ਤਰੀਕਾ ਹੈ ਸ਼ਬਦ ਨਾਲ ਸੁਰਤ ਨੂੰ ਜੋੜ ਲੈ, ਹਰ ਸ਼ਬਦ ਤੇਰੇ ਜੀਵਨ ਦੀਆਂ ਔਕੜਾਂ ਦਾ ਭੇਤ ਛੁਪਾ ਕੇ ਬੈਠਾ ਹੈ, ਭੇਤ ਲੈ ਲੈ, ਫਿਰ ਜੀਵਨ ਵਿੱਚ ਕੋਈ ਔਕੜ ਨਹੀਂ ਰਹਿ ਗਈ, ਭੇਤ ਗੁਰੂ ਕੋਲੋਂ ਲੈ ਲੈ। ਕਹਿਣ ਲੱਗੇ ਜੈਸੇ ਜਲ ਮੈਂ ਕਮਲ ਨਿਰਾਲ, ਮੁਰਗਾਈ ਨਿਸ਼ਾਨ, ਸੁਰਤ ਸ਼ਬਦ ਭਵ ਸਾਗਰ ਤਰੀਆ, ਸੁਰਤ ਸ਼ਬਦ ਭਵ ਸਾਗਰ ਤਰੀਆ। ਕਿਉਂਕਿ ਸਵਾਲ ਵਿੱਚ ਇਹ ਲਫ਼ਜ਼ ਆਏ ਸਨ, ਦੁਨੀਆ ਸਾਗਰ ਦੁੱਤਰ ਕਈ ਹੈ, ਕਿਉਂ ਕਰ ਪਾਈ ਹੈ ਪਾਰੋ, ਤੇ ਜਵਾਬ ਵਿੱਚ ਇਹ ਭੇਤ ਹੈ, ਸੁਰਤ ਸ਼ਬਦ ਭਵ ਸਾਗਰ ਤਰੀਆ, ਨਾਨਕ ਨਾਮ ਵਖਾਣ। ਲੈ ਭੇਤ ਦੀ ਗੱਲ ਹੀ ਇਹ ਠੀਕ ਹੈ, ਤੂੰ ਫਿਕਰ ਕਰ ਰਿਹਾ, ਇਸ ਵਿੱਚ ਕੋਈ ਸ਼ੱਕ ਨਹੀਂ, ਦੁਨੀਆਂ ਦਾ ਜਿੰਨਾ ਧਰਮ ਕਰਮ ਚੱਲ ਰਿਹਾ ਹੈ ਉਹ ਇਸੇ ਫਿਕਰ ਵਿੱਚ ਹੈ, ਕਿਸੇ ਤਰ੍ਹਾਂ ਆਉਣ ਵਾਲੇ ਦੁੱਖਾਂ ਤੋਂ ਬਚ ਜਾਣਾ, ਕੁਝ ਜਿਉਂਦਿਆਂ ਦੁੱਖਾਂ ਤੋਂ, ਕੁਝ ਮਰਨ ਤੋਂ ਬਾਅਦ ਜਿਹੜੇ ਕਿਆਫੇ ਵਿੱਚ ਆਏ ਹੋਏ ਨੇ ਉਹਨਾਂ ਦੁੱਖਾਂ ਤੋਂ ਬਚ ਜਾਣਾ, ਜਿੰਨਾ ਧਰਮ ਕਰਮ ਇਸੇ ਲਈ ਚੱਲ ਰਿਹਾ। ਪਰ ਗੁਰੂ ਕਹਿੰਦੇ ਨੇ ਇੱਕ ਗੱਲ ਸਮਝ ਲਈ,
ਉਸ ਧਰਮ ਕਰਮ ਨੂੰ ਤੂੰ ਪਛਾਣ ਨਹੀਂ ਸਕਿਆ ਜਿਹਦੇ ਨਾਲ ਇਹ ਸਹਿਸਾ ਇਹ ਫਿਕਰ ਖਤਮ ਹੋਵੇ। ਲੈ ਉਹ ਭੇਤ ਗੁਰੂ ਦਿੰਦਾ ਹੈ ਅਤੇ ਉਹ ਭੇਤ ਦੋ ਅਰਫੀ ਦਿੰਦਾ ਹੈ। ਕਹਿੰਦਾ ਕਹਾਂ ਭਾਇਓ ਤੀਰਥ ਵਰਤ ਕੀਏ ਸਹਿਸਾ ਮਿਟਾਉਣ ਲਈ, ਕਹਾਂ ਬਹਿਓ ਤੀਰਥ ਵਰਤ ਕੀਏ, ਰਾਮ ਸਰਨ ਨਹੀਂ ਆਵੇ, ਜੋਗ ਜਗ ਨੇ ਫਲਤੇ ਮਾਨੋ ਜੇ ਪ੍ਰਭ ਜਸ ਵਿਸਰਾਵੇ। ਤੀਰਥਾਂ 'ਤੇ ਘੁੰਮ ਰਿਹਾ, ਵਰਤ ਰੱਖ ਰਿਹਾ, ਰੱਬ ਨੂੰ ਭੁੱਲ ਚੁੱਕਾ ਹੈ, ਜੋਗੀ ਬਣ ਗਿਆ, ਜੰਗਲਾਂ ਵਿੱਚ ਭਟਕ ਰਿਹਾ, ਹਵਨ ਜੱਗ ਕਰ ਰਿਹਾ, ਇਸੇ ਸਹਿਸੇ ਨੂੰ ਖਤਮ ਕਰਨ ਲਈ ਤਾਂ ਕਿ ਜੀਵਨ ਦੇ ਕਰਮਾਂ ਦੀ ਕੋਈ ਸਜ਼ਾ ਨਾ ਮਿਲੇ। ਪਰ ਗੁਰੂ ਇੱਕ ਭੇਤ ਦਿੰਦਾ, ਕਹਿੰਦਾ ਮੈਂ ਤੈਨੂੰ ਸਹੀ ਗੱਲ ਸਮਝਾ ਦਿਆਂ, ਤੇਰੀ ਚਿੰਤਾ, ਤੇਰਾ ਸਹਿਸਾ, ਤੇਰਾ ਫਿਕਰ ਜਿਹੜਾ ਇੱਕੋ ਚੀਜ਼ ਨਾਲ ਖਤਮ ਹੋ ਸਕਦਾ ਹੈ, ਇਹ ਭੇਤ ਗੁਰੂ ਨਾਨਕ ਦੇ ਰਿਹਾ ਹੈ। ਕਹਿੰਦਾ ਹਰ ਕੇ ਨਾਮ ਬਿਨਾ ਦੁੱਖ ਪਾਵੇ, ਹਰ ਕੇ ਨਾਮ ਬਿਨਾ ਦੁੱਖ ਪਾਵੇ, ਨਾਮ ਬਿਨਾ ਦੁੱਖ ਪਾਵੇ, ਨਾਮ ਬਿਨਾ ਦੁੱਖ ਪਾਵੇ। ਭਗਤ ਬਿਨਾ ਸਹਿਸਾ ਨਹਿ ਚੂਕੇ, ਭਗਤ ਬਿਨਾ ਸਹਿਸਾ ਨਹਿ ਚੂਕੇ, ਗੁਰੇ ਭੇਦ ਬਤਾਵੇ, ਗੁਰੇ ਭੇਦ ਬਤਾਵੇ, ਕਹੋ ਭਇਓ ਤੀਰਥ ਵਰਤ ਕੀਏ, ਕਹੋ ਭਇਓ ਰਾਮ ਸਰਨ ਨਹੀਂ ਆਵੇ, ਰਾਮ ਸਰਨ ਨਹੀਂ ਆਵੇ, ਜੋਗ ਜਗ ਨੇ ਫਲਤੇ ਮਾਨੋ, ਜੋਗ ਜਗ ਜੋ ਪ੍ਰਭ ਜਸ ਬਿਸਰਾਵੇ। ਜੀ ਫਿਰ ਕੀ ਕਰਾਂ ਭੇਤ, ਜੀ ਫਿਰ ਮੈਂ ਕੀ ਕਰਾਂ? ਤੇ ਜਵਾਬ ਸੀ
ਮਨ ਮੋਹ ਦੋਨੋ ਕੋ ਪਰ ਹਰ ਮਨ ਮੋਹ ਦੋਨੋ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ ਕਰੇ। ਸੰਸਾਰਿਕ ਅਤੇ ਧਾਰਮਿਕ ਅਦਾਰਿਆਂ ਖੇਤਰਾਂ ਵਿੱਚੋਂ ਜਿਹੜੇ ਸ਼ੰਕੇ ਅਤੇ ਸਹਿਸੇ ਪੈਦਾ ਹੋਏ ਨੇ, ਜਿਨ੍ਹਾਂ ਦਾ ਗ੍ਰਸਿਆ ਹੋਇਆ ਮਨੁੱਖ ਧਰਮ ਵੀ ਕਰ ਰਿਹਾ, ਆਪਣੇ ਵੱਲੋਂ ਧਰਮ ਵੀ ਕਰ ਰਿਹਾ, ਪਰ ਪ੍ਰਵਾਨ ਨਹੀਂ ਚੜ ਰਿਹਾ। ਆਪਾਂ ਕੋਸ਼ਿਸ਼ ਕਰਾਂਗੇ ਸਵੇਰ ਦੇ ਦੀਵਾਨ ਵਿੱਚ ਇਸਨੂੰ ਹੋਰ ਖੋਲ੍ਹ ਕੇ ਵੇਖੀਏ ਕਿ ਐਸੇ ਐਸੇ ਕਰਮ ਕਰ ਰਿਹਾ ਹੈ, ਸਮਝਦਾ ਹੈ ਵੀ ਖੋਰੇ ਜੇ ਦੁੱਖ ਹੀ ਤੇਲ ਹੈ ਤਾਂ ਦੁੱਖ ਆਪ ਪੈਦਾ ਕਰ ਰਿਹਾ ਹੈ, ਅਤੇ ਫਿਰ ਪ੍ਰਵਾਨ ਕਿਉਂ ਨਹੀਂ ਚੜ ਰਿਹਾ। ਸਵੇਰ ਦੇ ਸਮੇਂ ਵਿੱਚ ਆਪਾਂ ਵਿਚਾਰਾਂਗੇ। ਗੁਰੂ ਬਖਸ਼ਿਸ਼ ਕਰੇ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾਚਕ ਹਾਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।